ਇਹ ਲਾਈਵ ਆਪਾਂ ਸਟਾਰਟ ਕਰਾਂਗੇ ਕੁਛ ਇੱਕ ਦੋ ਨਿਊਜ਼ ਤੋਂ। ਮੈਂ ਹੁਣੇ ਰੀਡ ਕਰ ਰਿਹਾ ਸੀਗਾ ਇੱਕ ਅੱਜ ਦੀ ਹੀ ਖਬਰ ਸੰਗਰੂਰ ਦੀ, ਜਿਹਦੇ ਵਿੱਚ ਇੱਕ ਕੁੜੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਉਸ ਕੁੜੀ ਦੇ ਉਸ ਨਿਊਜ਼ ਦੇ ਤਹਿਤ ਉਸਦਾ ਰੀਜ਼ਨ ਕੀ ਹੈਗਾ, ਉਹਦਾ ਰੀਜ਼ਨ ਇਹ ਹੈਗਾ ਕਿ ਉਹਨੇ ਕੈਨੇਡਾ ਦਾ ਵੀਜ਼ਾ ਆਪਣਾ ਅਪਲਾਈ ਕੀਤਾ ਸੀ, ਉਹ ਵੀਜ਼ਾ ਨਹੀਂ ਲੱਗਿਆ। ਕੰਟਰੈਕਟ ਮੈਰਿਜ ਇੱਕ ਮੁੰਡੇ ਦੇ ਨਾਲ ਉਸ ਕੁੜੀ ਦੀ ਉਹਦੇ ਘਰਦਿਆਂ ਦੀ ਸਹਿਮਤੀ ਦੇ ਨਾਲ ਕੰਟਰੈਕਟ ਮੈਰਿਜ ਕਰਾਈ ਗਈ। ਉਸ ਕੰਟਰੈਕਟ ਮੈਰਿਜ ਦੇ ਤਹਿਤ ਉਸ ਮੁੰਡੇ ਨੇ ਉਸ ਕੁੜੀ ਨੂੰ ਬਾਹਰ ਲੈ ਕੇ ਜਾਣਾ ਸੀ ਆਇਲਸ ਕਰਕੇ, ਔਰ ਜਦੋਂ ਕਿ ਇਹ ਚੀਜ਼ ਪੋਸੀਬਲ ਨਹੀਂ ਹੋਈ, ਉਸ ਕੁੜੀ ਦੇ ਕੋਲ ਕੋਈ ਆਪਸ਼ਨ ਨਹੀਂ ਬਚੀ। ਐਂਡ ਪਤਾ ਨਹੀਂ ਘਰਦਿਆਂ ਦਾ ਪ੍ਰੈਸ਼ਰ ਜਾਂ ਕਿਸ ਚੀਜ਼ ਦਾ ਪ੍ਰੈਸ਼ਰ ਉਹਦੇ ਦਿਮਾਗ ਤੇ ਹਾਵੀ ਹੋ ਗਿਆ ਤੇ ਉਹਨੇ ਸਟੈਪ ਲੈਣਾ ਪਿਆ। ਸੋ ਜਦੋਂ ਮੈਂ ਪੜ੍ਹਦਾ ਪਿਆ ਸੀਗਾ, ਕਈ ਚੀਜ਼ਾਂ ਸਾਹਮਣੇ ਆਈਆਂ ਪਿਛਲੇ ਕੁਛ ਦਿਨਾਂ ਤੋਂ। ਰੈਗੂਲਰਲੀ ਤੁਸੀਂ ਵੀ ਦੇਖ ਰਹੇ ਹੋਗੇ, ਕਾਫੀ ਇਸ ਚੀਜ਼ ਤੇ ਵੀ ਡਿਬੇਟ ਚੱਲ ਰਿਹਾ ਕਿ ਬਾਹਰ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ, ਜਾਣਾ ਚਾਹੀਦਾ ਤੇ ਕਿਉਂ ਜਾਣਾ ਚਾਹੀਦਾ, ਨਹੀਂ ਜਾਣਾ ਚਾਹੀਦਾ ਤੇ ਕਿਉਂ ਨਹੀਂ ਜਾਣਾ ਚਾਹੀਦਾ। ਅੱਜ ਦੀ ਜੇ ਗੱਲ ਕਰ ਲਈਏ, ਇੱਕ ਸਟੂਡੈਂਟ, ਇੱਕ ਬੰਦਾ, ਇੱਕ ਪੰਜਾਬ ਦਾ ਰਹਿਣ ਵਾਲਾ ਯੂਥ ਬਾਹਰ ਕਿਉਂ ਜਾਂਦਾ, ਉਹਦੇ ਰੀਜ਼ਨਸ ਕੀ ਨੇ ਬਾਹਰ ਜਾਣ ਦੇ, ਕੀ ਇੱਦਾਂ ਦੀ ਚੀਜ਼ ਆ ਜਿਹੜੀ ਉਹਨੂੰ ਉੱਥੇ ਮਿਲਦੀ ਹੈ ਜਿਹੜੀ ਇੱਥੇ ਨਹੀਂ ਮਿਲਦੀ। ਬੜਾ ਸੌਖਾ ਕਹਿਣਾ ਕਿ ਹਰ ਬੰਦਾ ਬਾਹਰ ਤੁਰਿਆ ਜਾਂਦਾ, ਬਾਹਰ ਨਹੀਂ ਜਾਣਾ ਚਾਹੀਦਾ, ਕੱਲ ਨੂੰ ਸਾਡੇ ਪੰਜਾਬ 'ਚ ਯੂਥ ਨਹੀਂ ਰਹੂਗਾ, ਕੀ ਹੋਊਗਾ, ਕੀ ਫਿਊਚਰ ਹੋਊਗਾ, ਅੱਜ ਤੋਂ 10 ਸਾਲ ਬਾਅਦ ਆਪਾਂ ਕਿੱਥੇ ਦੇਖਦੇ ਹਾਂ ਆਪਣੇ ਆਪ ਨੂੰ, ਕਿਸ ਕੀ ਪਾਪੂਲੇਸ਼ਨ ਦਾ ਇਫੈਕਟ ਹੋਊਗਾ ਇਹ ਸਾਰੀ ਚੀਜ਼ ਦਾ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਕੰਸਿਡਰ ਕਰਦੇ ਹਾਂ, ਅੱਜ ਦੀ ਡੇਟ ਦੇ ਵਿੱਚ ਯੂਥ ਬਾਹਰ ਕਿਉਂ ਜਾਂਦਾ, ਇੱਕ ਚੰਗੀ ਲਿਵਿੰਗ ਲਈ ਯੂਥ ਬਾਹਰ ਕਿਉਂ ਜਾਂਦਾ, ਉਹ ਫਿਊਚਰ ਬਣਾਉਣ ਲਈ ਜਿਹੜਾ ਸ਼ਾਇਦ ਉਹਨੂੰ ਹਿੰਦੁਸਤਾਨ ਦੇ ਵਿੱਚ, ਜਿਹੜਾ ਸ਼ਾਇਦ ਉਹ ਇੱਥੇ ਰਹਿ ਕੇ ਇਹ ਲੱਗਦਾ ਹੈ ਕਿ ਹਾਂ ਮੈਨੂੰ ਕਦੀ ਵੀ ਇਹ ਚੀਜ਼ ਇੱਥੇ ਪ੍ਰਾਪਤ ਨਹੀਂ ਹੋਣੀ। ਕੋਈ ਵੀ ਮਾਂ ਪਿਓ ਜੇ ਬੱਚੇ ਨੂੰ ਬਾਹਰ ਭੇਜਦੇ ਆ, ਆਪਣੇ ਕੋਲੋਂ ਦੂਰ ਭੇਜਦੇ ਆ, ਉਹ ਇੱਕ ਤਿਆਗ ਹੈ, ਉਹ ਇੱਕ ਬਲੀਦਾਨ ਹੈ। ਉਹ ਤਿਆਗ ਕਿਉਂ ਦਿੱਤਾ ਜਾਂਦਾ, ਆਪਣੇ ਬੱਚੇ ਦੇ ਭਵਿੱਖ ਨੂੰ ਦੇਖਦੇ ਹੋਏ ਉਹ ਤਿਆਗ ਦਿੱਤਾ ਜਾਂਦਾ, ਆਪਣੇ ਬੱਚੇ ਦੇ ਫਿਊਚਰ ਨੂੰ ਦੇਖਦੇ ਹੋਏ ਉਹ ਤਿਆਗ ਦਿੱਤਾ ਜਾਂਦਾ, ਸੋ ਦੈਟ ਉਹ ਜਿਹੜੀਆਂ ਸਰਕਮਸਟਾਂਸਿਸ ਦੇ ਵਿੱਚ ਰਹੇ, ਉਹ ਜਿਹੜੀ ਕੰਡੀਸ਼ਨਸ ਦੇ ਵਿੱਚ ਰਹੇ, ਉਹ ਵਨ ਆਫ ਦੀ ਬੈਸਟ ਅਵੇਲੇਬਲ ਇਨ ਦੀ ਵਰਲਡ ਹੋਵੇ। ਉਹਨਾਂ ਕੰਡੀਸ਼ਨਸ ਦੇ ਵਿੱਚ ਜਦੋਂ ਬੱਚਾ ਰਹੂਗਾ, ਸੋ ਇੱਕ ਤਰ੍ਹਾਂ ਅੱਜ ਇੱਕ ਬੱਚੇ ਨੂੰ ਮਾਂ ਪਿਓ ਬਾਹਰ ਭੇਜ ਕੇ ਉਹਦੀ ਸਾਰੀ ਜਨਰੇਸ਼ਨ ਜਿਹੜੀ ਹੈਗੀ ਆ ਉਹਨੂੰ ਸੁਖੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਬੱਚਾ ਜਦੋਂ ਉੱਥੇ ਜਾਊਗਾ, ਉੱਥੇ ਉਹਦੀ ਫੈਮਿਲੀ ਬਣੇਗੀ, ਉੱਥੇ ਉਹਦੀ ਨੈਕਸਟ ਜਨਰੇਸ਼ਨ ਆਊਗੀ, ਤੇ ਉਹ ਫੈਮਿਲੀ ਕਿਸ ਮਾਹੌਲ ਦੇ ਵਿੱਚ, ਕਿਸ ਐਟਮੋਸਫੇਅਰ ਦੇ ਵਿੱਚ ਰਹੇਗੀ, ਉਸ ਐਟਮੋਸਫੇਅਰ ਦੇ ਵਿੱਚ ਰਹੇਗੀ ਜਿੱਥੇ ਉਹਨੂੰ ਕਿਸੇ ਚੀਜ਼ ਦਾ ਕੋਈ ਡਰ ਕੋਈ ਭੈ, ਹਰ ਚੀਜ਼ ਵਧੀਆ ਮਿਲੇਗੀ। ਸੋ ਇਹ ਰੀਜ਼ਨ ਹੈ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਪੇਰੈਂਟਸ ਜਿਹੜੇ ਨੇ ਉਹ ਬਲੀਦਾਨ ਕਰਕੇ ਆਪਣੇ ਸਟੂਡੈਂਟਸ ਨੂੰ ਬਾਹਰ ਭੇਜਦੇ ਆ। ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੁਣ ਇਹ ਹੈ ਕਿ ਬਾਹਰ ਜਾਣ ਲਈ ਹਰ ਤਰ੍ਹਾਂ ਦਾ ਰਸਤਾ ਸਟੂਡੈਂਟ ਅਪਣਾਉਣ ਲੱਗ ਗਏ, ਬਾਹਰ ਜਾਣ ਲਈ ਹਰ ਤਰ੍ਹਾਂ ਦੀ ਆਪਾਂ ਕੋਸ਼ਿਸ਼ ਕਰਨ ਲੱਗ ਗਏ ਕਿ ਜਿੱਦਾਂ ਮਰਜ਼ੀ ਬਾਏ ਹੁੱਕ ਔਰ ਬਾਏ ਕਰੁੱਕ ਸਟੂਡੈਂਟ ਕਹਿੰਦਾ ਮੈਂ ਚਲਾ ਜਾਵਾਂ, ਜਾਂ ਸਟੂਡੈਂਟ ਵੀਜ਼ਾ ਨਹੀਂ ਲੱਗਦਾ ਤੇ ਮੈਂ ਕਿਸੇ ਹੋਰ ਤਰੀਕੇ ਚਲ ਜਾ, ਕੋਈ ਵਿਜ਼ਟਰ ਵੀਜ਼ੇ ਤੇ ਚਲ ਜਾਵਾਂ। ਵਾਇਆ ਤੱਕ ਦੇ ਬਹੁਤ ਸਾਰੇ ਇੰਸੀਡੈਂਟ ਪੰਜਾਬ ਦੇ ਲਈ ਕੋਈ ਨਵੇਂ ਨਹੀਂ ਹੈਗੇ, ਐਵਰੀ ਡੇ ਵੀ ਕਮ ਅਕ੍ਰੋਸ ਥਿੰਗਸ ਕਿ ਕੋਈ ਕਿਸੇ ਰਸਤਿਓਂ ਜੀ ਜਾ ਰਿਹਾ ਜੀ ਯੂਰਪ ਜਾ ਰਿਹਾ, ਕੋਈ USA ਐਂਟਰੀ ਦਾ ਕੰਮ ਕਰ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਥੋੜੀਆਂ ਜਿਹੀਆਂ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਆਪਾਂ ਵਾਰ ਵਾਰ ਰੋਜ਼ ਸੁਣਦੇ ਆ ਕਿ ਆਪਣਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਣਾ ਕੋਰਸ ਦਾ ਚੋਣ ਕਰ ਲਓ, ਆਪਣੇ ਕਾਲਜ ਦਾ ਕਰ ਲਓ, ਯੂਨੀਵਰਸਿਟੀ ਦਾ ਕਰ ਲਓ, ਪਹਿਲਾਂ ਉਸ ਰਸਤੇ ਦਾ ਚੋਣ ਕਰ ਲਓ ਜਿਹੜੇ ਰਸਤਿਓਂ ਹੋ ਕੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਕੀ ਤੁਹਾਡੀ ਐਲੀਜੀਬਿਲਿਟੀ ਹੈ, ਕੀ ਫਿਊਚਰ ਤੁਸੀਂ ਉੱਥੇ ਜਾ ਕੇ ਦੇਖਦੇ ਹੋ, ਕਿਉਂ ਜਾਣਾ ਚਾਹੁੰਦੇ ਹੋ, ਇਹ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਲੈ ਆਓ, ਫਿਰ ਨੈਕਸਟ ਸਟੈਪ ਲੈਣਾ ਚਾਹੀਦਾ ਕਿ ਹਾਂ ਸਾਨੂੰ ਬਾਹਰ ਜਾ ਕੇ ਪੜ੍ਹਾਈ ਕਰਨੀ ਚਾਹੀਦੀ। ਕੈਨੇਡਾ ਅੱਜ ਦੀ ਗੱਲ ਕਰ ਲਈਏ, ਹੌਟ ਡੈਸਟੀਨੇਸ਼ਨ, ਫਸਟ ਪ੍ਰੈਫਰੈਂਸ ਕਿਸੇ ਵੀ ਸਟੂਡੈਂਟ ਦੀ, ਕਿਸੇ ਵੀ ਮਾਂ ਪਿਓ ਦੀ ਜਿਹੜੇ ਆਪਣੇ ਬੱਚੇ ਨੂੰ ਬਾਹਰ ਜਾ ਕੇ ਪੜ੍ਹਾਈ ਕਰਨਾ ਭੇਜਣਾ ਚਾਹੁੰਦੇ ਆ, ਸਭ ਤੋਂ ਪਹਿਲੀ ਡੈਸਟੀਨੇਸ਼ਨ ਉਹਨਾਂ ਦੀ ਹੈ, ਸਭ ਤੋਂ ਪਹਿਲੀ ਚੋਇਸ ਕੀ ਹੈ, ਕੈਨੇਡਾ। ਰੀਜ਼ਨਸ ਫਾਰ ਚੂਜ਼ਿੰਗ ਕੈਨੇਡਾ ਕਿ ਕਿਉਂ ਅੱਜ ਹਰ ਬੰਦਾ ਇੱਦਾਂ ਦਾ ਕੀ ਹੈ ਕੈਨੇਡਾ ਦੇ ਵਿੱਚ ਜਿਹੜਾ ਉਹਨੂੰ ਇੰਡੀਆ 'ਚ ਨਹੀਂ ਮਿਲ ਸਕਦਾ, ਜਿਹੜਾ ਉਹਨੂੰ ਪੰਜਾਬ 'ਚ ਰਹਿ ਕੇ ਨਹੀਂ ਮਿਲ ਸਕਦਾ, ਐਸੀ ਕਿਹੜੀ ਚੀਜ਼ ਹੈ ਉਹ ਜਿਹੜੀ ਉੱਥੇ ਜਾ ਕੇ ਪਾਉਣਾ ਚਾਹੁੰਦਾ। ਅਸੀਂ ਵਾਰ ਵਾਰ ਕਈ ਲੋਕਾਂ ਦੇ ਮੂੰਹੋਂ ਸੁਣਿਆ ਕਿ ਬੰਦਾ ਉੱਥੇ ਜਾਂਦਾ, ਉੱਥੇ ਜਾ ਕੇ ਲੇਬਰ ਕਰਦਾ ਜੀ, ਗੱਡੀਆਂ ਸਾਫ਼ ਕਰਦਾ, ਟੈਕਸੀ ਚਲਾਉਂਦਾ, ਟਰੱਕ ਚਲਾਉਂਦਾ, ਹੋਟਲਾਂ 'ਚ ਕੰਮ ਕਰਦਾ ਤੇ ਹੋਰ ਹਰ ਤਰ੍ਹਾਂ ਦਾ ਜਿਹੜਾ ਕਿੱਤਾ ਸ਼ਾਇਦ ਇੱਥੇ ਨਹੀਂ ਕਰਦਾ, ਉਹ ਉੱਥੇ ਜਾ ਕੇ ਕਰਨ ਨੂੰ ਤਿਆਰ ਹੈ। ਉਹਦਾ ਸਭ ਤੋਂ ਵੱਡਾ ਰੀਜ਼ਨ ਹੈ, ਜੇ ਤੁਸੀਂ ਇਹਨੂੰ ਧਿਆਨ ਨਾਲ ਸੁਣੋਗੇ ਸਮਝੋਗੇ, ਦੈਟ ਇਜ਼ ਡਿਗਨਿਟੀ ਆਫ ਲੇਬਰ।
ਡਿਗਨਿਟੀ ਆਫ ਲੇਬਰ ਗੂਗਲ ਕਰ ਲਓ, ਉਹਨੂੰ ਸਮਝ ਲਓ ਚੰਗੀ ਤਰ੍ਹਾਂ ਕਿ ਉੱਥੇ ਜਾ ਕੇ ਉਸ ਸਟੂਡੈਂਟ ਨੂੰ, ਉਸ ਬੰਦੇ ਨੂੰ ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਕਿਉਂ ਸੰਕੋਚ ਨਹੀਂ ਹੁੰਦਾ, ਕਿਉਂ ਅਜਿਹੇ ਕੰਮ ਜਿਹੜੇ ਉਹ ਇੱਥੇ ਕਦੀ ਸੋਚੇ ਵੀ ਨਹੀਂ ਹੁੰਦੇ ਉਹਨੇ ਕਰਨ ਬਾਰੇ, ਉੱਥੇ ਜਾ ਕੇ ਮਿੰਟੋ ਪਹਿਲਾਂ ਸਟੂਡੈਂਟ ਤਿਆਰ ਹੋ ਜਾਂਦਾ, ਬੱਚਾ ਤਿਆਰ ਹੋ ਜਾਂਦਾ ਕਿ ਹਾਂ ਮੈਂ ਇਹ ਸਾਰੇ ਕੰਮ ਕਰਨ ਨੂੰ ਤਿਆਰ ਹਾਂ। ਉਹਦਾ ਸਿੰਪਲ ਔਰ ਸਿੰਪਲ ਇੱਕੋ ਹੀ ਮਤਲਬ, ਇੱਕੋ ਹੀ ਰੀਜ਼ਨ ਹੈਗਾ, ਦੈਟ ਇਜ਼ ਡਿਗਨਿਟੀ ਆਫ ਲੇਬਰ। ਕੋਈ ਵੀ ਕੰਮ ਤੁਸੀਂ ਕਰਦੇ ਹੋ, ਕਹਿੰਦੇ ਕੋਈ ਕੰਮ ਛੋਟਾ ਨਹੀਂ, ਕੋਈ ਕੰਮ ਵੱਡਾ ਨਹੀਂ। ਸਵੇਰ ਨੂੰ ਬੱਚਾ ਆਸਟ੍ਰੇਲੀਆ ਦੇ ਵਿੱਚ ਟ੍ਰੇਨ 'ਚ ਬਹਿ ਕੇ ਮੈਲਬਨ ਸਬਰਬ ਤੋਂ ਜਦੋਂ ਸਿਟੀ ਦੇ ਵਿੱਚ ਆਉਂਦਾ, ਤੇ ਉਹਦੇ ਨਾਲ ਉਸ ਟ੍ਰੇਨ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ, ਉਹਦਾ ਬੌਸ ਵੀ ਉਸ ਟ੍ਰੇਨ ਦੇ ਵਿੱਚ ਹੁੰਦਾ, ਉਹਦੇ ਬੌਸ ਦਾ ਬੌਸ ਵੀ ਉਸ ਟ੍ਰੇਨ ਦੇ ਵਿੱਚ ਹੁੰਦਾ। ਸੋ ਅਲਟੀਮੇਟਲੀ ਉਸ ਸਟੂਡੈਂਟ ਨੂੰ ਇੱਕ ਬਰਾਬਰੀ ਮਹਿਸੂਸ ਹੁੰਦੀ ਹੈ ਕਿ ਚਾਹੇ ਮੈਂ ਜੌਬ ਜਿਹੜੀ ਮਰਜ਼ੀ ਕਰ ਰਿਹਾ ਹਾਂ, ਮੈਂ ਇਹਨਾਂ ਲੋਕਾਂ ਦੇ ਬਰਾਬਰ ਹਾਂ, ਜਿਸ ਤਰੀਕੇ ਮੈਂ ਕਮਿਊਟ ਕਰ ਰਿਹਾ ਉਸੇ ਤਰੀਕੇ ਉਹ ਕਮਿਊਟ ਕਰ ਰਿਹਾ। ਇੱਕ ਬੜਾ ਰੀਸੈਂਟ ਇਨਸੀਡੈਂਟ ਹੋਇਆ, ਮੇਰਾ ਕੋਈ ਦੋਸਤ ਆਇਆ ਹੋਇਆ ਸੀਗਾ USA ਤੋਂ, ਤੇ ਅਸੀਂ ਇੱਥੇ ਕਿਸੇ ਹੋਟਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਚਲੇ ਗਏ ਸ਼ਾਮ ਨੂੰ। ਜਦੋਂ ਉੱਥੇ ਚਲੇ ਗਏ ਤੇ ਉਹਨੇ ਸਾਰਾ ਕੁਝ ਦੇਖਿਆ, ਉਹ ਕਾਫੀ ਸਾਲਾਂ ਬਾਅਦ ਇੰਡੀਆ ਵਾਪਸ ਆਇਆ ਸੀਗਾ, ਆਈ ਥਿੰਕ ਅਪਰੋਕਸੀਮੇਟਲੀ 8-10 ਸਾਲ ਬਾਅਦ ਉਹ ਵਾਪਸ ਆਇਆ। ਤੇ ਜਦੋਂ ਉੱਥੇ ਗਏ ਤੇ ਉਹਨੇ ਇੱਕ ਮੈਨੂੰ ਸਵਾਲ ਪੁੱਛਿਆ, ਕਹਿੰਦਾ ਯਾਰ ਇੱਕ ਗੱਲ ਦੱਸ ਕੇ ਕਿੰਨੇ ਲੋਕ, ਕਿ ਜੇ ਅਸੀਂ ਅੱਜ ਇੱਕ ਹੁਣ 5-star ਹੋਟਲ 'ਚ ਬੈਠੇ ਹਾਂ, ਕਿੰਨੇ ਲੋਕਾਂ ਦੀ ਅਫੋਰਡੇਬਿਲਿਟੀ ਹੈਗੀ ਆ ਪੰਜਾਬ ਦੇ ਵਿੱਚ ਕੰਮ ਕਰਨ ਦੀ। ਸੋ ਟੌਪਿਕ ਨੂੰ ਇਸ ਪਾਸੇ ਲੈ ਗਿਆ ਕਿ USA ਤੋਂ ਮੈਂ ਆਇਆ ਵਾਂ, USA ਦੇ ਵਿੱਚ ਉਹ ਕਹਿੰਦਾ ਕਿ ਆਲਮੋਸਟ 70-80% ਲੋਕ ਜਿਹੜੇ ਹੈਗੇ ਆ ਉਹਨਾਂ ਦੀ ਇਹ ਚੀਜ਼ਾਂ ਦੀ ਅਫੋਰਡੇਬਿਲਿਟੀ ਬਣਦੀ ਹੈ, ਚਾਹੇ ਉਹਨਾਂ 'ਚੋਂ ਕਿਸੇ ਦੀ ਸੈਲਰੀ $2,000 ਮਹੀਨਾ, ਚਾਹੇ $5,000 ਮਹੀਨਾ, ਚਾਹੇ $50,000 ਮਹੀਨਾ। ਸੋ ਉਹ ਜਿਹੜੀ ਇਕੁਐਲਿਟੀ ਹੈਗੀ ਹੈ, ਉਹ ਇਕੁਐਲਿਟੀ, ਉਹ ਜਿਹੜੀਆਂ ਲਾਈਫ ਦੀਆਂ ਫੈਸਿਲਿਟੀਜ਼ ਹਾਸਲ ਕਰਨ ਦਾ ਜਿਹੜਾ ਰੌਲਾ ਹੈਗਾ ਵਾ, ਜਿਹੜੀ ਦੌੜ ਹੈਗੀ ਹੈ, ਉਹ ਉੱਥੇ ਸ਼ਾਇਦ ਸਟੂਡੈਂਟ ਨੂੰ ਜਾਂ ਆਪਣੇ ਬੰਦਿਆਂ ਨੂੰ ਲੱਗਦਾ ਕਿ ਜਾ ਕੇ ਜਲਦੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਬਰਾਬਰੀ ਹੈ, ਕਿਉਂਕਿ ਉਸ ਕੰਮ ਦੀ, ਜਿਹੜਾ ਕੰਮ ਵੀ ਤੁਸੀਂ ਕਰਦੇ ਹੋ ਉਹਦੀ ਵੈਲਿਊ ਹੈ, ਉਹਨੂੰ ਇੱਜ਼ਤ ਦੇ ਨਾਲ ਦੇਖਿਆ ਜਾਂਦਾ, ਉਹਨੂੰ ਬਹੁਤ ਹੀ ਚੰਗੀ ਨਿਗਾਹ ਦੇ ਨਾਲ ਦੇਖਿਆ ਜਾਂਦਾ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੰਮ ਕਰਦੇ ਹੋ। ਸੋ ਜਦੋਂ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ, ਕੈਨੇਡਾ ਦੇ ਵਿੱਚ ਅੱਜ ਦੀ ਡੇਟ 'ਚ ਜੇ ਮੈਨੂੰ ਕਈ ਲੋਕ ਕਹਿੰਦੇ ਆ ਜਾਂ ਕਈ ਵਾਰੀ ਗੱਲ ਹੁੰਦੀ ਹੈ ਕਿ ਪਾਣੀ ਦੀ ਅੱਜ ਦੀ ਡੇਟ 'ਚ ਹਿੰਦੁਸਤਾਨ 'ਚ ਮਾਰੋ ਮਾਰਾ, ਜਾਂ ਵਰਲਡ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਡਰਿੰਕਿੰਗ ਵਾਟਰ, ਦ ਵਾਟਰ ਦੈਟ ਇਜ਼ ਡਰਿੰਕੇਬਲ, ਉਹਦੀ ਬਹੁਤ ਜ਼ਿਆਦਾ ਸ਼ੋਰਟੇਜ ਹੈਗੀ ਹੈ। ਮੈਂ ਕਿਤੇ ਪੜ੍ਹਿਆ ਸੀਗਾ, ਆਈ ਥਿੰਕ ਓਨਲੀ 4% ਔਰ 5% ਵਰਲਡ ਦਾ ਜਿਹੜਾ ਪਾਣੀ ਪੀ ਸਕਦੇ ਹਾਂ, ਉਹ 'ਚੋਂ ਸਿਰਫ 4-5% ਪਾਣੀ ਹਿੰਦੁਸਤਾਨ ਦੇ ਵਿੱਚ ਜਾਂ ਹਿੰਦੁਸਤਾਨ ਦੇ ਹਿੱਸੇ ਆਉਂਦਾ। ਤੋ ਅੱਜ ਦੀ ਡੇਟ ਦੇ ਵਿੱਚ ਪਾਣੀ ਦਾ ਕੀ ਹਾਲ ਹੈ, ਔਰ ਅੱਜ ਤੋਂ 10 ਸਾਲਾਂ ਬਾਅਦ ਜੇ ਆਪਾਂ ਚੱਲ ਜਾਈਏ ਤੇ ਵਾਟਰ, ਜਿਹੜਾ ਡਰਿੰਕੇਬਲ ਵਾਟਰ ਹੋਊਗਾ, ਉਹਦਾ ਕੀ ਹਾਲ ਹੋਊਗਾ। ਕੈਨੇਡਾ ਇਜ਼ ਵਨ ਸੱਚ ਕੰਟਰੀ ਜਿੱਥੇ ਪਾਣੀ ਆਪਣਾ ਜਿਹੜਾ ਉਹਨਾਂ ਦੇ ਕੋਲ ਹੈਗਾ, ਬਹੁਤ ਜ਼ਿਆਦਾ ਡਰਿੰਕੇਬਲ ਵਾਟਰ ਉਹਨਾਂ ਕੋਲ ਹੈਗਾ। ਹਵਾ ਪੋਲਿਊਸ਼ਨ ਦਾ ਵੇਰੀਅੰਸ ਚੈੱਕ ਕਰ ਲਓ, ਅੱਜ ਦੀ ਡੇਟ 'ਚ ਤਾਂ ਰੋਜ਼ ਅਖਬਾਰਾਂ 'ਚ ਛਪਣ ਲੱਗ ਗਿਆ। ਤੁਸੀਂ ਸਵੇਰੇ ਅਖਬਾਰ ਚੁੱਕੋ, ਉਹਦੇ 'ਚ ਲਿਖ ਕੇ ਆ ਜਾਂਦਾ ਕਿ ਜਲੰਧਰ ਦਾ ਕੀ ਹਾਲ ਹੈ, ਤੇ ਚੰਡੀਗੜ੍ਹ ਦਾ ਕੀ ਹੈ ਜੀ, ਲੁਧਿਆਣੇ ਦਾ ਕੀ ਹੈ, ਦਿੱਲੀ ਦਾ ਕੀ ਹੈ, ਜਾਂ ਕਿਸੇ ਵੀ ਹੋਰ ਸ਼ਹਿਰ ਦੇ ਵਿੱਚ ਪੋਲਿਊਸ਼ਨ ਦੀ ਜਿਹੜੀ ਪਰਸੈਂਟੇਜ ਹੈਗੀ ਹੈ, ਜਾਂ ਕਾਰਬਨ ਡਾਈਆਕਸਾਈਡ ਕੀ ਹੈ, ਜਾਂ ਵਟ ਐਵਰ ਕੈਮੀਕਲਸ, ਜਾਂ ਵਟ ਐਵਰ ਥਿੰਗਸ ਦੈਟ ਆਰ ਦੇਅਰ, ਕਿ ਪਿਓਰਿਟੀ ਆਫ ਏਅਰ ਦਾ ਕੀ ਹਾਲ ਹੈ, ਉਹ ਪਤਾ ਲੱਗ ਜਾਂਦਾ। ਕੈਨੇਡਾ ਦੇ ਵਿੱਚ ਤੁਸੀਂ ਚੱਲ ਜਾਓ, ਰੀਸੈਂਟ ਟ੍ਰਿਪ ਦੀ ਗੱਲ ਹੈ, ਅਸੀਂ ਕਿਸੇ ਜਗ੍ਹਾ ਚਲੇ ਗਏ, ਉੱਥੇ ਜਾ ਕੇ ਬੰਦੇ ਨੂੰ ਜਿਹੜਾ ਉੱਥੇ ਲੋਕਲ ਬੰਦਾ ਸੀਗਾ, ਉਹ ਕਹਿੰਦਾ ਇੱਥੇ ਵਰਲਡ ਦੀ ਸਭ ਤੋਂ ਫਰੈਸ਼ ਏਅਰ ਆਉਂਦੀ ਹੈ, ਕਿਉਂਕਿ ਇੱਥੋਂ ਦੂਰ ਦੂਰ ਤੱਕ ਸਮੁੰਦਰ ਹੀ ਸਮੁੰਦਰ ਹੈ, ਅਗਲਾ ਜਿਹੜਾ ਕੋਨਾ ਉਹ ਜਾ ਕੇ ਇੰਗਲੈਂਡ ਵਾਲੇ ਕੋਨੇ ਤੇ ਜਾ ਕੇ ਲੱਗਦਾ ਜੀ। ਅਸੀਂ ਕਿਸੇ ਹੋਰ ਪ੍ਰੋਵਿੰਸ ਚਲੇ ਗਏ ਥੋੜੇ ਦਿਨਾਂ ਬਾਅਦ, ਉੱਥੇ ਪਹੁੰਚੇ ਤਾਂ ਉੱਥੇ ਦਾ ਜਿਹੜਾ ਲੋਕਲ ਬੰਦਾ ਸੀਗਾ ਉਹਦੇ ਨਾਲ ਗੱਲ ਹੋਣ ਲੱਗ ਗਈ, ਉਹ ਕਹਿੰਦਾ ਇੱਥੇ ਦੀ ਜਿਹੜੀ ਏਅਰ ਹੈ ਨਾ, ਇਹ ਸਭ ਤੋਂ ਪਿਓਰ ਹੈ, ਕਿਉਂਕਿ ਇਹ ਇੰਨੀ ਉਚਾਈ ਤੇ ਹੈ, ਇੱਥੋਂ ਦੀ ਜਦੋਂ ਤੁਸੀਂ ਦੇਖੋ ਆਹ ਦੇਖੋ ਜੀ, ਆਹ ਫਲਾਨੀ ਜਗ੍ਹਾ ਲੱਗਦੀ ਹੈ ਨਾਲ, ਇੱਥੇ ਕੋਈ ਗੱਡੀਆਂ ਦੀ ਇੰਨੀ ਉਹ ਆਵਾਜਾਈ ਨਹੀਂ ਹੈਗੀ। ਸੋ ਅਲਟੀਮੇਟਲੀ ਕਹਿਣ ਦਾ ਮਤਲਬ ਇਹ ਕਿ ਸਾਰੀ ਕੰਟਰੀ ਦੇ ਵਿੱਚ ਹੀ ਜਿਹੜੀ ਹਵਾ ਜਿਹਦੀ ਆਪਾਂ ਸਾਹ ਲੈਂਦੇ ਹਾਂ, ਅੱਜ ਦੀ ਡੇਟ 'ਚ ਅਸੀਂ ਬੱਚਿਆਂ ਨੂੰ ਕੀ ਦੇਣਾ ਚਾਹੁੰਦੇ ਹਾਂ, ਆਪਣੇ ਨਿਆਣਿਆਂ ਨੂੰ ਚੰਗਾ ਖਾਣ ਨੂੰ, ਚੰਗਾ ਪਾਣ ਨੂੰ, ਸਾਰਾ ਕੁਛ ਦੇ ਲਓਗੇ, ਪੈਸੇ ਕਮਾ ਕੇ ਕੱਪੜੇ ਵੀ ਲੈ ਦੋਗੇ, ਖਾਣ ਨੂੰ ਵੀ ਚੰਗਾ ਦੇ ਦੋਗੇ, ਜਿਹੜੀ ਹਵਾ 'ਚੋਂ ਸਾਹ ਲੈਂਦੇ ਪਏ ਉਹਨੂੰ ਤੁਸੀਂ ਕਿੱਦਾਂ ਕੰਟਰੋਲ ਕਰ ਲਓਗੇ। ਜਿਹੜਾ ਬੱਚਾ ਬਾਹਰ ਜਾ ਕੇ ਸਾਹ ਲਊਗਾ ਉਹਨੂੰ ਤਾਂ ਤੁਸੀਂ ਕੰਟਰੋਲ ਕਰ ਸਕਦੇ, ਜਦੋਂ ਉੱਥੇ ਜਾ ਕੇ ਉਹ ਬੱਚਾ ਰਹਿੰਦਾ ਉਹਦੀ ਆਪਣੇ ਆਪ ਹੀ 5-10 ਸਾਲ ਉਮਰ ਵੱਧ ਜਾਂਦੀ ਹੈ। ਇਸ ਕਰਕੇ ਮਾਂ ਪਿਓ ਤਿਆਗ ਦਿੰਦੇ ਆ ਆਪਣੇ ਲਈ, ਬੱਚੇ ਨੂੰ ਆਪਣੇ ਕੋਲੋਂ ਦੂਰ ਭੇਜਦੇ ਆ, ਕੋਈ ਆਪਣੀ ਖੁਸ਼ੀ ਨਾਲ ਨਹੀਂ ਭੇਜਦਾ, ਸਿਰਫ ਇਸ ਕਰਕੇ ਭੇਜਦੇ ਆ ਤਾਂ ਜੋ ਉਹ ਬੱਚਾ ਉੱਥੇ ਜਾ ਕੇ ਆਪਣਾ ਫਿਊਚਰ ਚੰਗਾ ਬਣਾ ਸਕੇ, ਇੱਕ ਚੰਗੀ ਕੰਟਰੀ 'ਚ ਇੱਕ ਹੈਲਦੀ, ਵੈਲਦੀ ਐਂਡ ਪ੍ਰੋਸਪਰਸ ਲਾਈਫ ਜੀ ਸਕੇ।
ਸੋ ਇਹ ਕੁਛ ਰੀਜ਼ਨਸ ਨੇ ਜਿਹੜੇ ਉਸ ਕੰਟਰੀ ਦੇ ਵਿੱਚ ਜਾ ਕੇ ਲੋਕੀ ਵੱਸਦੇ ਨੇ। ਕੈਨੇਡਾ ਦਾ ਜੇ ਆਪਾਂ ਗੱਲ ਕਰ ਲਈਏ, ਪਿਛਲੇ ਕੁਛ ਮਹੀਨਿਆਂ ਤੋਂ ਗਲੋਬਲ ਨੇ ਜਿੰਨੇ ਇੱਕ ਵੀਜ਼ੇ ਲਗਵਾਏ, ਆਈ ਥਿੰਕ ਸਾਰੇ ਫੇਸਬੁੱਕ ਦੇ ਉੱਤੇ ਤੁਹਾਡੇ ਸਾਹਮਣੇ ਆ। ਨੰਬਰਸ ਦੀ ਜੇ ਮੈਂ ਗੱਲ ਕਰਾਂ ਤੇ ਸ਼ਾਇਦ ਮੈਂ ਕੋਟ ਨਹੀਂ ਕਰ ਪਾਊਂਗਾ ਕਿ ਕਿੰਨੇ ਕੁ ਵੀਜ਼ਾਸ ਨੇ ਜਾਂ ਕਿੰਨੇ ਕੁ ਸਟੂਡੈਂਟਸ ਨੇ ਜਿਹੜੇ ਉੱਥੇ ਜਾ ਕੇ ਅੱਜ ਦੀ ਡੇਟ ਦੇ ਵਿੱਚ ਪੜ੍ਹ ਰਹੇ ਆ, ਜਿਹੜੇ ਉੱਥੇ ਜਾ ਕੇ ਆਪਣਾ ਫਿਊਚਰ ਬਣਾਉਣ ਬਾਰੇ ਸੋਚ ਰਹੇ ਆ, ਜਿਹੜੇ ਉੱਥੇ ਜਾ ਕੇ ਰਹਿ ਰਹੇ ਆ, ਪੜ੍ਹਾਈ ਕਰ ਰਹੇ ਆ, ਕੰਮ ਕਰ ਰਹੇ ਆ, ਸਾਰਾ ਕੁਝ ਕਰ ਰਹੇ। ਸੋ ਨੰਬਰ ਆਫ ਵੀਜ਼ਾਸ ਦੀ ਗੱਲ ਕਰਾਂ ਤੇ ਸ਼ਾਇਦ ਮੈਂ ਤੁਹਾਨੂੰ ਕੋਟ ਕਰਕੇ ਵੀ ਨਹੀਂ ਦੱਸ ਸਕਦਾ ਕਿ ਕਿੰਨੇ ਕੁ ਵੀਜ਼ਾਸ ਲੱਗੇ ਆ। ਫੇਸਬੁੱਕ ਪੇਜ ਤੁਸੀਂ ਰੈਗੂਲਰਲੀ ਜੇ ਫੋਲੋ ਕਰਦੇ ਹੋ ਉਹਦੇ ਤੇ ਦੇਖ ਸਕਦੇ ਹੋ, ਉੱਤੇ ਪੜ੍ਹ ਸਕਦੇ ਹੋ ਕਿ ਵੱਖਰੇ ਵੱਖਰੇ ਸ਼ਹਿਰਾਂ ਤੋਂ ਪੰਜਾਬ ਦੇ ਵੱਖਰੇ ਵੱਖਰੇ ਪ੍ਰੋਫਾਈਲ ਦੇ ਸਟੂਡੈਂਟਸ, +2 ਪਾਸ ਆ, ਕੋਈ ਗ੍ਰੈਜੂਏਟ ਹੈ, ਕੋਈ ਮਾਸਟਰਸ ਕੀਤੀ ਹੋਈ ਸਟੂਡੈਂਟ ਹੈ, ਜਿਨ੍ਹਾਂ ਨੇ ਵੀਜ਼ਾਸ ਲਗਵਾਏ ਔਰ ਪੈਸੇ ਦਿੱਤੇ ਵੀਜ਼ਾ ਲੱਗਣ ਤੋਂ ਬਾਅਦ। ਪੈਸੇ ਦਿੱਤੇ ਜਦੋਂ ਉਹਨਾਂ ਦਾ ਵੀਜ਼ਾ ਲੱਗ ਗਿਆ, ਉਹਨਾਂ ਦਾ ਪਾਸਪੋਰਟ ਉਹਨਾਂ ਦੇ ਹੱਥ ਵਿੱਚ ਆ ਗਿਆ, ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਪੈਸੇ ਦਿੱਤੇ ਔਰ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ, ਤਸੱਲੀ ਦੇ ਨਾਲ ਆਪਣਾ ਕੰਮ ਕਰਾ ਕੇ ਉਹਨਾਂ ਨੇ ਸਰਵਿਸ ਲਿੱਤੀ ਕਿ ਹਾਂ, ਕਿ ਜਿੱਥੇ ਕਿਸੇ ਹੋਰ ਕੰਸਲਟੈਂਟ ਕੋਲ ਕਿਸੇ ਕਾਲਜ ਦੇ ਵਿੱਚ ਕੋਈ ਸਟੂਡੈਂਟ 15-15 ਦਿਨ, 20 ਦਿਨ, ਮਹੀਨਾ, 2 ਮਹੀਨੇ ਸਿਰਫ ਆਫਰ ਲੈਟਰ ਦਾ ਇੰਤਜ਼ਾਰ ਕਰਦਾ ਪਿਆ, ਉੱਥੇ ਓਮ ਗਲੋਬਲ ਨੇ ਸੇਮ ਟਾਈਮ ਤੇ ਪ੍ਰੋਸੈਸ ਸ਼ੁਰੂ ਕਰਕੇ ਉਹਨਾਂ ਦੇ ਰਿਸ਼ਤੇਦਾਰ ਦਾ, ਕਿਸੇ ਦੋਸਤ ਦਾ, ਮਿੱਤਰ ਦਾ ਵੀਜ਼ਾ ਅਪਲਾਈ ਕਰਕੇ ਵੀਜ਼ਾ ਲੈ ਲਿਆ, ਜਦਕਿ ਉਹਦੇ ਦੂਸਰੇ ਦੋਸਤ ਦੀ ਆਫਰ ਲੈਟਰ ਹੀ ਨਹੀਂ ਆਈ। ਸੋ ਇਹ ਇੱਕ ਉਹ ਚੀਜ਼ ਹੈ ਜਿਹਦੇ ਤੇ ਆਪਾਂ ਪਿਛਲੇ 6-8 ਮਹੀਨੇ ਚ ਕੰਟਰੋਲ ਕੀਤਾ ਕਿ ਤਾਂ ਕਿ ਤੁਹਾਨੂੰ ਸਰਵਿਸ, ਜਿਹੜਾ ਟਾਈਮ ਡਿਊਰੇਸ਼ਨ ਹੈ ਜਿਹਨੂੰ ਟੈਟ ਕਹਿੰਦੇ ਆ, ਟਰਨ ਅਰਾਊਂਡ ਟਾਈਮ, ਉਹ ਇੰਨਾ ਕੁ ਚੰਗਾ ਦੇ ਸਕੀਏ ਤਾਂ ਜੋ ਤੁਸੀਂ ਟਾਈਮਲੀ ਜਾ ਕੇ ਆਪਣੇ ਉੱਤੇ ਪੜ੍ਹਾਈ ਸ਼ੁਰੂ ਕਰ ਸਕੋ। ਸਪਟੰਬਰ ਇਨਟੇਕ ਇੱਕ ਇਦਾਂ ਦਾ ਕੁਐਸਚਨ ਹੈ ਜਿਹੜਾ ਹਰ ਸਟੂਡੈਂਟ ਆ ਕੇ ਪੁੱਛਦਾ, ਕੀ ਸਪਟੰਬਰ ਇਨਟੇਕ ਮਿਲ ਸਕਦਾ? ਅੱਜ ਵੀ 2-4 ਸਟੂਡੈਂਟਸ ਨਾਲ ਗੱਲ ਹੋ ਰਹੀ, ਸਭ ਤੋਂ ਪਹਿਲਾ ਸਵਾਲ ਕਹਿੰਦਾ ਕੀ ਮੈਂ ਸਪਟੰਬਰ ਇਨਟੇਕ 'ਚ ਜਾ ਸਕਦਾ? ਯੈਸ, ਸਪਟੰਬਰ ਇਨਟੇਕ ਹਜੇ ਵੀ ਖੁੱਲ੍ਹਾ ਹੈ, ਸਪਟੰਬਰ ਇਨਟੇਕ 'ਚ ਤੁਸੀਂ ਹਜੇ ਵੀ ਜਾ ਸਕਦੇ ਹੋ। ਤੁਸੀਂ ਅੱਜ ਆਪਣੇ ਡਾਕੂਮੈਂਟ ਲੈ ਕੇ ਆਉਂਦੇ ਹੋ, ਜੇ ਤੁਹਾਡੇ ਕੋਲ ਤੁਹਾਡਾ GIC ਅਕਾਊਂਟ ਖੁੱਲ੍ਹਾ ਹੋਇਆ, ਤੁਹਾਡੇ ਕੋਲ ਸਾਰੇ ਤੁਹਾਡੇ ਡਾਕੂਮੈਂਟ ਹੈਗੇ ਆ, ਚਾਹੇ ਤੁਸੀਂ ਕੈਨੇਡਾ ਤੋਂ ਰਿਫਿਊਜ਼ਡ ਹੋ, ਚਾਹੇ ਨਹੀਂ ਰਿਫਿਊਜ਼, ਤੁਸੀਂ ਪਹਿਲੀ ਵਾਰੀ ਅਪਲਾਈ ਕਰਨਾ, ਸਾਰੇ ਡਾਕੂਮੈਂਟ ਲੈ ਕੇ ਆ ਜਾਓ। 48 ਆਵਰਸ ਦੇ ਅੰਦਰ ਤੁਹਾਡੀ ਫਾਈਲ ਅੰਬੈਸੀ ਪਹੁੰਚਾ ਦਾਂਗੇ, 48 ਆਵਰਸ ਦੇ ਅੰਦਰ ਆਫਰ ਲੈਟਰ LOA ਤੁਹਾਡੀ ਆ ਜਾਊਗੀ, 48 ਵਰਕਿੰਗ ਆਵਰਸ ਦੇ ਅੰਦਰ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਲੌਜ ਹੋਈ ਹੋਊਗੀ, ਜੇ ਤੁਹਾਡਾ GIC ਅਕਾਊਂਟ ਖੁੱਲ੍ਹਾ ਔਰ ਤੁਸੀਂ ਪੈਸੇ ਟ੍ਰਾਂਸਫਰ ਕੀਤੇ ਹੋਏ। ਜੇ GIC ਅਕਾਊਂਟ ਤੁਹਾਡਾ ਨਹੀਂ ਖੁੱਲ੍ਹਿਆ ਹੋਇਆ, ਤੁਸੀਂ ਹਜੇ GIC ਅਕਾਊਂਟ ਖੁਲਾਉਣਾ, ਪੈਸੇ ਟ੍ਰਾਂਸਫਰ ਕਰਨੇ ਆ, 15 ਦਿਨ 15 ਡੇਜ਼ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਫਾਈਲ ਹੈ ਉਹ ਅੰਬੈਸੀ ਦੇ ਵਿੱਚ ਲੱਗ ਜਾਏਗੀ। 15 ਦਿਨ ਦੇ ਅੰਦਰ ਅੰਦਰ ਸਪਟੰਬਰ ਇਨਟੇਕ ਲਈ ਫਾਈਲ ਅੰਬੈਸੀ 'ਚ ਲੱਗ ਜਾਏਗੀ, ਨਾ ਕਿ ਤੁਸੀਂ ਆਫਰ ਲੈਟਰ ਦੀ ਉਡੀਕ ਕਰਦੇ ਰਹੋਗੇ ਕਿ ਮੈਂ ਜਨਵਰੀ ਇਨਟੇਕ ਲਈ ਆਫਰ ਲੈਟਰ ਆ ਜਾਏ, ਜਾਂ ਮੇਰੇ ਕੋਲ ਨਵੰਬਰ ਇਨਟੇਕ ਲਈ ਆ ਜਾਏ, ਜਾਂ ਮੇਰੇ ਕੋਲ ਸਪਟੰਬਰ ਇਨਟੇਕ ਲਈ ਆ ਜਾਏ। ਸੋ ਉਹ ਸਾਰੀਆਂ ਚੀਜ਼ਾਂ ਸਾਈਡ ਤੇ ਰੱਖ ਦਈਏ, 15 ਦਿਨ ਦੇ ਅੰਦਰ ਅੰਦਰ ਆਪਣੀ ਫਾਈਲ ਅੰਬੈਸੀ ਵਿੱਚ ਲਵਾ ਲਓ। ਜਦੋਂ ਤੱਕ ਤੁਹਾਡੀ ਜਨਵਰੀ ਇਨਟੇਕ ਦੀ ਤੁਸੀਂ ਆਫਰ ਲੈਟਰ ਉਡੀਕਦੇ ਹੋ, ਜਦੋਂ ਤੱਕ ਤੁਹਾਨੂੰ ਤੁਹਾਡਾ ਏਜੰਟ ਕਹਿ ਰਿਹਾ ਕਿ ਹਾਂ ਉਹ ਹਜੇ ਆਫਰ ਲੈਟਰ ਦਾ ਇਸ਼ੂ ਹੋਣੀਆਂ ਸ਼ੁਰੂ ਨਹੀਂ ਹੋਈਆਂ, ਜਾਂ ਮਈ ਦੇ ਵਿੱਚ ਮਿਲੂਗਾ ਜਿਹੜੇ ਕੋਰਸ 'ਚ ਤੁਸੀਂ ਜਾਣਾ ਚਾਹੁੰਦੇ ਹੋ, ਜਾਂ ਸਪਟੰਬਰ ਇਨਟੇਕ ਦੇ ਵਿੱਚ ਹੀ ਮਿਲੂਗਾ ਇਸ ਯੂਨੀਵਰਸਿਟੀ ਦੇ ਵਿੱਚ, ਇਹ ਕੋਰਸ ਦਾ ਇਨਟੇਕ ਹੀ ਸਿਰਫ ਇੱਕ ਹੈ। ਸੋ ਅਲਟੀਮੇਟਲੀ ਉਨੀ ਦੇਰ ਵੇਟ ਕਰਨ ਨਾਲੋਂ ਬੈਟਰ ਹੈ। 35 ਡਿਫਰੈਂਟ ਕੋਰਸ ਆਪਸ਼ਨਸ ਤੁਹਾਨੂੰ ਦੇ ਸਕਦੇ ਆ, ਜਿਹੜੀਆਂ ਅੱਜ ਵੀ ਸੀਟਾਂ ਅਵੇਲੇਬਲ ਨੇ, 30 ਤੋਂ 35 ਵੱਖਰੇ ਵੱਖਰੇ ਕੋਰਸਿਸ ਦੇ ਵਿੱਚ ਸੀਟਾਂ ਅਵੇਲੇਬਲ ਨੇ। ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨ ਬਾਰੇ ਸੋਚੋ, ਨਾ ਕਿ ਬੈਠ ਕੇ ਵੇਟ ਕਰੋ ਕਿ ਕਦੋਂ ਆਫਰ ਲੈਟਰ ਆਊਗੀ, ਕਦੋਂ GIC ਅਕਾਊਂਟ ਖੁੱਲੂਗਾ, ਕਦੋਂ ਫੀਸ ਭੇਜੋਗੇ, ਕਦੋਂ LOA ਆਏਗੀ। ਸੋ ਇਟ ਮੇ ਟੇਕ ਏਜਸ। ਕਈ ਵਾਰੀ ਕਹਿੰਦੇ ਨਾ ਬੰਦੇ ਦਾ ਚਾਅ ਹੀ ਮਰ ਜਾਂਦਾ ਕਿ ਪਤਾ ਨਹੀਂ ਯਾਰ ਕਦੋਂ ਮੇਰੀ ਆਫਰ ਲੈਟਰ ਆਣੀ ਹੈ, ਮੈਂ ਜਾਣਾ ਵੀ ਹੈ ਕਿ ਨਹੀਂ ਜਾਣਾ। ਸੋ 15 ਦਿਨ ਦਾ ਟੈਟ ਅਸੀਂ ਆਪਣੇ ਆਪ ਨੂੰ ਦਿੱਤਾ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਓ, 15 ਦਿਨ ਦੇ ਅੰਦਰ ਅੰਦਰ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਹੋਏਗੀ। ਕੋਈ ਵੀ ਪੈਸਾ, ਦੁਬਾਰਾ ਫੇਰ ਰਿਪੀਟ ਕਰਦਾ, ਕੋਈ ਵੀ ਪੈਸਾ ਤੁਸੀਂ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਦੇਣਾ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ, ਚਾਹੇ ਉਹ ਅੰਬੈਸੀ ਫੀਸ ਹੈ, ਚਾਹੇ ਕਿਸੇ ਵੀ ਹੋਰ ਤਰ੍ਹਾਂ ਦੀ ਫੀਸ ਹੈ, ਤੁਸੀਂ ਉਹ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ, ਵੀਜ਼ਾ ਲੱਗਣ ਤੋਂ ਪਹਿਲਾਂ ਕੋਈ ਪੈਸਾ ਨਹੀਂ ਦੇਣਾ। ਸੋ ਇਸੇ ਚੀਜ਼ ਨੂੰ, ਕੈਨੇਡਾ ਦੇ ਸਟੂਡੈਂਟ ਵੀਜ਼ੇ ਨੂੰ ਹੀ ਅੱਗੇ ਰੱਖਦੇ ਹੋਏ, ਅਸੀਂ ਅਗਲੇ 3 ਦਿਨ, ਨੈਕਸਟ ਮੰਡੇ, ਟਿਊਜ਼ਡੇ, ਵੈਡਨਸਡੇ, ਦੈਟ ਇਜ਼ 17 ਜੂਨ, 18 ਜੂਨ, 19 ਜੂਨ, ਇਹ 3 ਦਿਨ 3 ਸੈਮੀਨਾਰਸ ਲੈ ਕੇ ਆਏ ਹਾਂ 3 ਸ਼ਹਿਰਾਂ ਦੇ ਵਿੱਚ। 17 ਤਰੀਕ ਨੂੰ ਮੰਡੇ ਨੂੰ ਜਲੰਧਰ ਆਫਿਸ ਦੇ ਵਿੱਚ, ਹੋਟਲ ਰੈਜੀਡੈਂਸੀ ਦੇ ਸਾਹਮਣੇ ਓਮ ਗਲੋਬਲ ਆਫਿਸ ਦੇ ਵਿੱਚ, 18 ਤਰੀਕ ਨੂੰ ਅੰਮ੍ਰਿਤਸਰ ਰਣਜੀਤ ਐਵਨਿਊ ਅਜੀਤ ਹੋਸਪਿਟਲ ਦੇ ਸਾਹਮਣੇ ਉੱਥੇ ਆਫਿਸ ਦੇ ਵਿੱਚ, ਤੇ 19 ਤਰੀਕ ਨੂੰ ਚੰਡੀਗੜ੍ਹ ਸੈਕਟਰ 17 ਦੇ ਵਿੱਚ।
ਤਿੰਨੋਂ ਦਿਨ ਤੁਸੀਂ ਆਫਿਸ ਆ ਸਕਦੇ ਹੋ, ਆ ਕੇ ਔਨ ਦੀ ਸਪੌਟ ਆਪਣੀ ਰਜਿਸਟ੍ਰੇਸ਼ਨ ਆਫਰ ਲੈਟਰ ਲੈ ਸਕਦੇ ਹੋ, ਵੀਜ਼ਾ ਅਪਲਾਈ ਕਰਨ ਵਾਲੇ ਪਾਸੇ ਤੁਰ ਸਕਦੇ ਹੋ। ਜੇ GIC ਜਮ੍ਹਾਂ ਕਰਾਈ ਹੋਈ ਹੈ, ਵੀਜ਼ਾ ਕਿਤੋਂ ਰਿਫਿਊਜ਼ ਕਰਾਇਆ, 48 ਘੰਟਿਆਂ ਦੇ ਅੰਦਰ ਫਾਈਲ ਦੁਬਾਰਾ ਲੌਜ ਕਰ ਦਾਂਗੇ। ਜੇ GIC ਜਮ੍ਹਾਂ ਨਹੀਂ ਕਰਾਈ, ਸਾਰਾ ਕੁਝ ਜ਼ੀਰੋ ਤੋਂ ਕਰਨਾ ਹੈ, ਸਾਰੇ ਡਾਕੂਮੈਂਟ ਲੈ ਕੇ ਆ ਜਾਓ, 15 ਦਿਨਾਂ ਦੇ ਅੰਦਰ ਅੰਦਰ ਫਾਈਲ ਅੰਬੈਸੀ ਦੇ ਵਿੱਚ ਲੌਜ ਹੋ ਜਾਏਗੀ। ਇਹਨਾਂ ਸੈਮੀਨਾਰ ਦੇ ਵਿੱਚ ਖਾਸ ਗੱਲ ਕੀ ਹੈ, ਇਹਨਾਂ ਸੈਮੀਨਾਰ ਦੇ ਵਿੱਚ ਕੈਨੇਡਾ ਤੋਂ ਜਾਰਜ ਖੂਰੀ ਨਾਮ ਦਾ ਇੱਕ ਬੰਦਾ ਕੈਨੇਡਾ ਤੋਂ ਆਇਆ ਹੋਇਆ, ਜਾਰਜ ਖੂਰੀ ਨਾਮ ਦਾ ਜਿਹੜਾ ਬੰਦਾ ਕੈਨੇਡਾ ਤੋਂ ਆਇਆ, ਹੀ ਇਜ਼ ਐਕਸ ਪ੍ਰੈਜ਼ੀਡੈਂਟ ਆਫ CBIE। CBIE ਇਜ਼ ਕੈਨੇਡੀਅਨ ਬਿਊਰੋ ਆਫ ਇੰਟਰਨੈਸ਼ਨਲ ਐਜੂਕੇਸ਼ਨ। ਸੋ ਕੈਨੇਡਾ ਦੀ ਇੱਕ ਬਾਡੀ ਹੈ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਡਿਸਾਈਡ ਕਰਦੀ ਹੈ, ਡਿਸੀਜਨਸ ਲੈਂਦੀ ਹੈ, ਪਾਲਿਸੀਜ਼ ਬਣਾਉਂਦੀ ਹੈ। ਸੋ ਕੈਨੇਡੀਅਨ ਬਿਊਰੋ ਆਫ ਇੰਟਰਨੈਸ਼ਨਲ ਐਜੂਕੇਸ਼ਨ ਦਾ ਐਕਸ ਪ੍ਰੈਜ਼ੀਡੈਂਟ ਹੈ, ਜਿਹਨੂੰ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਬਾਰੇ ਬਹੁਤ ਸਾਰੀਆਂ ਚੀਜ਼ਾਂ ਪਤਾ। ਤੁਹਾਡੇ ਜੋ ਵੀ ਸਵਾਲ ਨੇ, GIC $20,000 ਹੋਣੀ ਹੈ, ਕਦੋਂ ਹੋਣੀ ਹੈ, ਵੀਜ਼ਾ ਸਕਸੈਸ ਰੇਟ ਕੀ ਚੱਲ ਰਿਹਾ, ਅੱਗੋਂ ਦੀ ਨੈਕਸਟ ਚੇਂਜਸ ਕੀ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਕੈਨੇਡੀਅਨ ਗਵਰਨਮੈਂਟ, ਉਹ ਸਾਰੇ ਕੁਐਸਚਨ ਤੁਸੀਂ ਜਾਰਜ ਨੂੰ ਪੁੱਛ ਸਕਦੇ ਹੋ। ਅੱਜ ਦੀ ਡੇਟ ਦੇ ਵਿੱਚ ਜਾਰਜ ਇੱਕ ਇੰਡੀਪੈਂਡੈਂਟ ਗਰੁੱਪ ਆਫ ਕਾਲਜਸ ਨੂੰ ਰੀਪ੍ਰੈਜ਼ੈਂਟ ਕਰਦਾ, ਜਿਹਦੀ ਆਫਰ ਲੈਟਰ ਔਨ ਦੀ ਸਪੌਟ ਤੁਹਾਨੂੰ ਇਸ਼ੂ ਕਰਕੇ ਦੇ ਸਕਦਾ। ਸੋ ਮੈਂ ਉੱਥੇ ਹੋਊਂਗਾ, ਮੇਰੀ ਟੀਮ ਉੱਥੇ ਹੋਏਗੀ, ਰਮਨ, ਜਗਦੀਪ, ਸੁਮਨ, ਤੁਸੀਂ ਕਿਸੇ ਨੂੰ ਵੀ ਮਿਲਣਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦੇ ਤੁਹਾਡੇ ਸਵਾਲ ਨੇ, ਇਹਨਾਂ 3 ਦਿਨਾਂ ਦੇ ਵਿੱਚ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਹੋ। 1 ਅਗਸਤ ਲਾਸਟ ਡੇਟ ਹੁੰਦੀ ਹੈ ਸਪਟੰਬਰ ਇਨਟੇਕ ਲਈ ਫਾਈਲ ਲਾਉਣ ਦੀ। ਜਿਸ ਤਰੀਕੇ ਨਾਲ ਸੀਟਾਂ ਭਰ ਰਹੀਆਂ, ਅੱਜ ਮੈਂ ਤੁਹਾਨੂੰ ਕਮਿਟ ਕਰਦਾ ਕਿ ਤੁਹਾਡੇ ਲਈ ਸੀਟਾਂ ਅਵੇਲੇਬਲ ਹੈਗੀਆਂ, ਬਟ ਜੇ ਤੁਸੀਂ 1 ਅਗਸਤ ਦੀ ਵੇਟ ਕਰਦੇ ਰਹੋਗੇ ਤੇ ਮੈਨੂੰ ਨਹੀਂ ਪਤਾ ਕਿ ਉਦੋਂ ਤੱਕ ਸੀਨ ਕੀ ਹੋਣਾ, ਕੀ ਸਿਨੈਰੀਓ ਬਣਿਆ ਹੋਣਾ, ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਹੋਣਗੇ ਮੇਰੇ ਕੋਲ, ਕਿਹੜੇ ਕੋਰਸਿਸ ਅਵੇਲੇਬਲ ਨਹੀਂ ਹੋਣਗੇ। ਸੋ ਵਾਂਸ ਅਗੇਨ ਜਿਹੜੀ ਮੇਨ ਚੀਜ਼ ਤੁਹਾਨੂੰ ਦੱਸਣ ਲਈ ਲਾਈਵ ਹੋਇਆ ਸੀਗਾ, ਤੁਹਾਡਾ GIC ਗਿਆ ਹੋਇਆ, ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਰੀਅਪਲਾਈ ਕਰਨਾ ਚਾਹੁੰਦੇ ਹੋ, 48 ਘੰਟਿਆਂ 'ਚ ਫਾਈਲ ਅੰਬੈਸੀ ਦੇ ਵਿੱਚ ਹੋਏਗੀ। ਸੈਕਿੰਡ, ਜੇ ਤੁਹਾਡਾ GIC ਨਹੀਂ ਗਿਆ, ਤੁਸੀਂ ਜ਼ੀਰੋ ਤੋਂ ਸਾਰਾ ਕੁਝ ਸ਼ੁਰੂ ਕਰਨਾ ਹੈ, ਵਿਦਇਨ 15 ਡੇਜ਼ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਹੋਏਗੀ। ਸੋ ਮੇਰੀ ਸਲਾਹ, ਡੋਂਟ ਵੇਸਟ ਯੋਰ ਟਾਈਮ, ਕੋਰਸਿਸ ਦੇਖ ਲਓ, ਕੋਰਸਿਸ ਦੀ ਸਿਲੈਕਸ਼ਨ ਕਰ ਲਓ, ਜੇ ਸਾਰਾ ਕੁਝ ਸਮਝ ਲੱਗਦਾ ਆਪਣੇ ਡਾਕੂਮੈਂਟਸ ਲੈ ਕੇ ਆਓ, ਉਸੇ ਦਿਨ ਪ੍ਰੋਸੈਸ ਸਟਾਰਟ ਕਰ ਲਓ। 3 ਦਿਨ, ਮੰਡੇ, ਟਿਊਜ਼ਡੇ, ਵੈਡਨਸਡੇ, ਤਿੰਨੋਂ ਵੱਖਰੇ ਵੱਖਰੇ ਆਫਿਸਿਸ ਦੇ ਵਿੱਚ। ਹੋਰ ਇਸ ਬਾਰੇ ਤੁਸੀਂ ਡਿਟੇਲ ਲੈਣੀ ਚਾਹੁੰਦੇ ਹੋ, ਜਿਹੜਾ ਸਾਡਾ ਕਾਲ ਸੈਂਟਰ ਨੰਬਰ ਹੈ ਉਹਦੇ ਤੇ ਫੋਨ ਕਰਕੇ ਡਿਟੇਲਸ ਲੈ ਲਓ, ਟਾਈਮ ਲੈ ਲਓ, ਆਪਣੀ ਅਪਾਇੰਟਮੈਂਟ ਬੁੱਕ ਕਰਾ ਲਓ। ਸੋ ਥੈਂਕ ਯੂ ਸੋ ਮੱਚ, ਮਿਲਦੇ ਹਾਂ ਮੰਡੇ ਜਲੰਧਰ, ਟਿਊਜ਼ਡੇ ਅੰਮ੍ਰਿਤਸਰ ਐਂਡ ਵੈਡਨਸਡੇ ਚੰਡੀਗੜ੍ਹ 'ਚ। ਸ਼ੁਕਰੀਆ, ਧੰਨਵਾਦ।